ਬਹੁਤ ਹੀ ਪਿਆਰੀ ਬੱਚਿਓ ਅੱਜ ਆਪਾਂ ਗੁਰਮਤਕ ਆਪ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਪਵਿੱਤਰ ਬਾਣੀ ਬੱਚਿਓ ਪਰ ਉਸ ਤੋਂ ਪਹਿਲਾਂ ਮੈਂ ਗੁਰੂ ਜੀ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ ਆਪ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪਾਲ ਅਤੇ ਮਾਤਾ ਲੱਖੋ ਦੇ ਗ੍ਰਹਿ ਵਿਖੇ ਪੱਲਾ ਕਰਾਣੀ ਛੋਇਆ ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਪ੍ਰਾਪਤ ਹੋਈ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾ ਕੰਮ ਕੀਤੇ ਜਿਵੇਂ ਗੋਇੰਦਵਾਲ ਵਿਖੇ ਬੌਲੀ ਦਾ ਨਿਰਮਾਣ ਲੰਗਰ ਪ੍ਰਥਾ ਦਾ ਵਿਸਤਾਰ ਆਦ ਆਪ ਜੀ ਨੇ ਜਾਤੀ ਪ੍ਰਥਾ ਚੂਤ ਛਾਤ ਪਰਦੇ ਦਾ ਰਵਾਜ ਅਤੇ ਸਤੀ ਪ੍ਰਥਾ ਜਿਹੀਆਂ ਕੁਰੀਤੀਆਂ ਦਾ ਸੁਧਾਰ ਕੀਤਾ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਅਨੰਦ ਸਾਹਿਬ ਪੱਟੀ ਅਤੇ ਚਾਰਵਾਰ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁੱਲ 33 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਰਚੀ ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ ਭਗਤੀ ਭਾਵ ਤੇ ਭਰਮ ਕਰਮਾਂ ਦਾ ਨਿਵਾਰਣ ਹੈ ਆਪ ਜੀ 1574 ਈਸਵੀ ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਬੱਚਿਓ ਆਪ ਜੀ ਦੀ ਸਭ ਤੋਂ ਪਹਿਲੀ ਜੋ ਬਾਣੀ ਹੈ ਉਸ ਦਾ ਨਾਮ ਹੈ ਆਨੰਦ ਪਿਆ ਮੇਰੀ ਮਾਏ। ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਸਤ ਗੁਰਤਾ ਪਾਇਆ ਸਹਿ ਸਿਤੀ ਮਨ ਵਝੀਆਂ ਵਧਾਈਆਂ। ਰਾਗ ਰਤਨ ਪਰਵਾਰ ਫਰੀਆਂ। ਸ਼ਬਦ ਗਾਵਨ ਆਈਆਂ। ਸਭ ਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾ ਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾ ਸਭ ਸਵਾਰਨਾ ਸਭਨਾ ਗਲਾ ਸੁਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਫਿਰ ਆਪਾਂ ਅਰਥ ਕਰੀਏ ਆਨੰਦ ਪੂਰਨ ਖਿੜਾਓ ਸੱਚੀ ਖੁਸ਼ੀ ਸਹਿਜ ਸੇਤੀ ਸਹਿਜ ਨਾਲ ਰਾਗ ਰਤਨ ਪਰਵਾਰ ਪਰੀਆਂ ਰਤਨਾ ਵਰਗੇ ਅਮੋਲਕ ਰਾਗ ਤੇ ਰਾਗਣੀਆਂ ਦੁੱਖ ਸਭ ਵਿਸਾਰਨਾ ਓਹ ਹਰੀ ਤੈਨੂੰ ਸਾਰੇ ਦੁੱਖ ਭੁਲਵਾ ਦੇਵੇਗਾ ਅੰਗੀਕਾਰ ਪੱਖ ਸਹਾਇਤਾ અમરથ શક્તિશાળી પ્રસંગ ਕੀ ਹੈ ਬੱਚੋ ਇਸ ਦਾ ਕਿ ਇਹ ਕਾਵ ਟੋਟਾ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਡਾ ਵਿੱਚ ਗੁਰਮਤਕਾ ਵਿੱਚ ਦਰਜ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬੀ ਚੋਂ ਲਿਆ ਗਿਆ ਹੈ ਇਹ ਆਨੰਦ ਪਿਆ ਮੇਰੀ ਮਾਏ ਸਰਲੇਖੇਟ ਦਰਜ ਹੈ ਗੁਰੂ ਜੀ ਦੱਸਦੇ ਹਨ ਕਿ ਮਨੁੱਖ ਸਦਾ ਮਾਇਆ ਵਿੱਚ ਫਸ ਕੇ ਦੁਖੀ ਰਹਿੰਦਾ ਹੈ ਜਿਸ ਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਸ ਨੂੰ ਗੁਰੂ ਉਪਦੇਸ਼ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਦੁੱਖਾਂ ਤੋਂ ਦੂਰ ਰਹਿ ਕੇ ਸਦਾ ਆਨੰਦ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਵਿਆਖਿਆ हे ਮੇਰੀ ਮਾਤਾ ਮੈਂ ਆਨੰਦਿਤ ਹੋ ਗਿਆ ਹਾਂ ਕਿਉਂਕਿ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਮੈਂ ਸਤਿਗੁਰੂ ਨੂੰ ਸਹਿਜ ਸਾਧਨਾ ਰਾਹੀਂ ਪ੍ਰਾਪਤ ਕੀਤਾ ਹੈ ਮੇਰੇ ਮਨ ਵਿੱਚ ਖੁਸ਼ੀ ਦੇ ਬਾਜੇ ਵੱਜਣ ਲੱਗ ਪਏ ਹਨ ਇਸ ਖੁਸ਼ੀ ਵਿੱਚ ਸਾਥ ਦੇਣ ਲਈ ਰਤਨਾ ਵਰਗੇ ਰਾਗ ਅਤੇ ਰਾਗਣੀਆਂ ਗੀਤ ਗਾਉਣ ਲਈ ਆਈਆਂ ਹਨ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਨੂੰ ਵਸਾਇਆ ਹੈ ਉਹ ਸਭ ਅਤੇ ਉਸ ਪ੍ਰਭੂ ਦੇ ਸ਼ਬਦ ਗਾਓ ਆਓ ਸਾਰੇ ਏ ਮੇਰੇ ਮਨ ਤੂੰ ਸਦਾ ਪ੍ਰਭ ਨਾਲ ਜੁੜਿਆ ਰਹਿ ਤੂੰ ਉਸ ਪਰਮਾਤਮਾ ਨਾਲ ਜੁੜਿਆ ਰਹਿ ਕਿਉਂਕਿ ਉਹ ਤੇਰੇ ਸਾਰੇ ਦੁੱਖ ਭੁਲਾ ਦੇਣਗੇ ਉਹ ਪ੍ਰਭੂ ਸ਼ਕਤੀਸ਼ਾਲੀ ਹੈ ਤੇ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ਉਸ ਨੂੰ ਤੂੰ ਮਨੋਂ ਕਿਉਂ ਵਿਸਾਰਦਾ ਹੈ ਗੁਰੂ ਜੀ ਕਹਿੰਦੇ ਹਨ ਕਿ हे ਮੇਰੇ ਮਨ ਤੂੰ ਸਦਾ ਪ੍ਰਭੂ ਨਾਲ ਜੁੜਿਆ ਰਹਿ ਸੋ ਬੱਚਿਓ ਇਸ ਦਾ ਜਿਹੜਾ ਕੇਂਦਰੀ ਭਾਵ ਵੀ ਇਹੀ ਹੈ ਪਰ ਇੱਕ ਵਾਰੀ ਮੈਂ ਤੁਹਾਡੇ ਨਾਲ ਫੇਰ ਦੁਬਾਰਾ ਸਾਂਝਾ ਕਰ ਲੈਣੀ ਹੈ ਪ੍ਰਭੂ ਦੀ ਕਿਰਪਾ ਨਾਲ ਜਦੋਂ ਮਨੁੱਖ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਤਾਂ ਮਨੁੱਖ ਸੱਚੇ ਗੁਰੂ ਦੇ ਉਪਦੇਸ਼ ਨਾਲ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਪ੍ਰਭੂ ਦੀ ਵਡਿਆਈ ਕਰਕੇ ਆਨੰਦ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਸ਼ਨ ਉੱਤਰ ਬੱਚਿਓ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਤੀਜੇ ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ ਪ੍ਰ부 ਦੀ ਸਤਿ ਸਲਾ ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ ਕੀ ਕਹਿੰਦੇ ਹਨ ਬੱਚੋ ਪ੍ਰ부 ਦੀ ਸਤਿ ਸਲਾਮ ਗੁਰੂ ਜੀ ਨੂੰ ਕਿਸ ਤੇ ਰਾਹੀ ਆਨੰਦ ਮਿਲਿਆ ਸਤਿਗੁਰਾਂ ਰਾਹੀ ਸਤਿਗੁਰੂ ਦੀ ਪ੍ਰਾਪਤੀ ਨਾਲ ਕੀ ਹੋਇਆ ਆਨੰਦ ਮਿਲਿਆ ਕੌਣ ਸ਼ਬਦ ਗਾਉਣ ਆਏ ਹਨ ਰਾਗ ਆਪਣੀਆਂ ਰਾਗਣੀਆਂ ਸਮੇਤ ਗੁਰੂ ਅਮਰਦਾਸ ਜੀ ਮਾਨੂੰ ਕੀ ਸਮਝਾਉਂਦੇ ਹਨ ਕਿ ਉਹ ਸਦਾ ਪ੍ਰਭੂ ਨਾਲ ਜੁੜਿਆ ਰਹੇ। ਇਹ ਸਰੀਰ ਮੇਰਾ ਇਹ ਸਰੀਰ ਮੇਰਾ ਇਸ ਜਗ ਮੈਂ ਆਇ ਕਿ ਕਿਆ ਤੂੰ ਕਰਮ ਕਮਾਇਆ। ਕਿਆ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਅਰਥਾਵਲੀ ਤੇਰਾ ਰਚਨ ਰਚਿਆ ਤੈਨੂੰ ਪੈਦਾ ਕੀਤਾ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਪੂਰਬ ਲਿਖਿਆ ਪਾਇਆ ਜੋ ਪਹਿਲਾਂ ਤੋਂ ਹਰੀ ਵੱਲੋਂ ਮਿਲਣਾ ਸੀ ਉਹੀ ਮਿਲਿਆ ਪ੍ਰਵਾਨ ਸਵੀਕਾਰ ਸਿਓ ਨਾਲ ਪ੍ਰਸੰਗ ਬੱਚੋ ਕੀ ਲਿਖਾਂਗੇ ਆਪਾਂ कि ਇਹ ਕਾਵ ਟੋਟਾ ਦਸਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਗੁਰਮਤਕਾ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਣੀ ਆਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ ਇਹ ਇਹ ਸ੍ਰੀਰਾ ਮੇਰਿਆ ਅਸਰ ਲੇਖਿਤ ਦਰਜ ਹੈ ਇਸ ਵਿੱਚ ਗੁਰੂ ਜੀ ਦੱਸਦੇ ਹਨ ਕਿ ਮਨੁੱਖ ਜਨਮ ਲੈਣ ਤੋਂ ਬਾਅਦ ਮਾਇਆ ਦੇ ਪਿਆਰ ਰਾਹੀ ਮਾਇਆ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ਪਰ ਜਿਸ ਮਨੁੱਖ ਉਤੇ ਵਾਹਿਗੁਰੂ ਦੀ ਆਪਣੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਦੇ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਉਪਦੇਸ਼ ਦੇ ਰਾਹੀਂ ਉਸ ਤੇ ਅਮਲ ਕਰਕੇ ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਵਿਆਖਿਆ ਬੱਚਿਓ ਇਹ ਮੇਰੇ ਸਰੀਰ ਇਸ ਸੰਸਾਰ ਵਿੱਚ ਆ ਕੇ ਤੋਂ ਕਿਹੜਾ ਚੰਗਾ ਕੰਮ ਕੀਤਾ ਹੈ हे शरीर तू ਕੀ ਕਰਮ ਕਮਾਇਆ ਹੈ ਜਦੋਂ ਤੂੰ ਸੰਸਾਰ ਵਿੱਚ ਆਇਆ ਹੈ ਜਿਸ ਪ੍ਰਭੂ ਨੂੰ ਤੂੰ ਯਾਦ ਕਰਨਾ ਸੀ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਪਰਮਾਤਮਾ ਨੂੰ ਤੂੰ ਮਨ ਵਿੱਚ ਨਹੀਂ ਵਸਾਇਆ ਗੁਰੂ ਦੀ ਕਿਰਪਾ ਨਾਲ ਹਰੀ ਮਨ ਵਿੱਚ ਵਸਿਆ ਹੈ ਇਹ ਸਭ ਪਹਿਲੇ ਲਿਖੇ ਕਰਮ ਅਨੁਸਾਰ ਪ੍ਰਾਪਤ ਹੋਇਆ ਹੈ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਉਸੇ ਵਿਅਕਤੀ ਦਾ ਸਰੀਰ ਪਰਵਾਨ ਚੜਿਆ ਹੈ ਜਿਸ ਨੇ ਸਤਿਗੁਰੂ ਨਾਲ ਚਿੱਤ ਲਾਇਆ ਹੈ ਗੁਰੂ ਜੀ ਕਹਿੰਦੇ ਹਨ ਕਿ ਮੈਂ ਆਨੰਦਿਤ ਹੋ ਗਿਆ ਹਾਂ ਕਿਉਂਕਿ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਉਸ ਤੋਂ ਬਾਅਦ ਬੱਚਿਓ ਕਿਰਪਾ ਕਰਕੇ ਬਕਸ ਲੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਹਾਂ ਬੱਚਿਓ ਪਵਿੱਤਰ ਪਾਣੀ ਕਿਰਪਾ ਕਰਕੇ ਬਕਸ ਲੈ ਅਸੀਂ ਖਾਤੇ ਬਹੁਤ ਕਮਾਮ ਦੇ अंतना परिवार हर कृपा करके बक्सले ओ पापी ਵੱਡ ਗੁਨੇਗਾਰ ਹਰ ਜਿਉ ਲੇਖੇ ਵਾਰ ਨ ਆਵੀ ਤੂੰ ਬਖਸ ਮਿਲਾਵਣ ਹਾਰ ਗੁਰ ਤੁਠੇ ਹਰ ਪਰ ਮੇਲਿਆ ਸਭ ਕਿਲਵਿਕ ਕਟ ਵਿਕਾਰ ਜਿਨ ਹਰ ਹਰ ਨਾਮ ਤੇ ਆਇਆ ਜਿਨ ਨਾਨਕ ਤਿੰਜੈ ਗਾਰ ਜਿਨ ਨਾਨਕ ਤਿੰਜੈ ਗਾਰ ਅਰਥਾਵਲੀ ਬੱਚੋ ਖਤੇ ਭੁੱਲਾ ਪਾਪ ਲੇਖੇ ਵਾਰ ਨਾ ਆਵੀ ਲੇਖਾ ਕਿਤਿਆਂ ਪੂਰੀ ਨਹੀਂ ਪੈ ਸਕਦੀ ਗੁਰੂ ਟੁੱਠੇ ਕਿਰਪਾਲੂ ਹੋ ਕੇ ਕਿਲ ਵੀਕ ਪਾਪ ਪ੍ਰਸੰਗ ਬੱਚੋ ਉਹੀ ਹੋਵੇਗਾ ਜੋ ਆਪਾਂ ਪਹਿਲਾਂ ਕਰ ਚੁੱਕੇ ਹਾਂ ਪਰ ਉਸ ਦੇ ਵਿੱਚ ਥੋੜਾ ਜਿਹਾ ਫਰਕ ਹੈ ਕਿ ਇਹ ਕਾਫ ਟੋਟਾ ਦਸਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾੜਾ ਵਿੱਚ ਦਰਜ ਗੁਰਮਤਕਾਵ ਵਿੱਚੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਜੋ ਕਿ ਸ਼ਲੋਕ 12 ਤੋਂ ਵਧੇກ ਵਿੱਚੋਂ ਲਿਆ ਗਿਆ ਹੈ ਇਹ ਸ਼ਲੋਕ ਕਿਰਪਾ ਕਰਕੇ ਬਖਸ਼ ਲੈ ਸਰਲੇਖੇਟ ਦਰਜ ਹੈ ਇਸ ਵਿੱਚ ਗੁਰੂ ਅਮਰਦਾਸ ਜੀ ਦੱਸਦੇ ਹਨ ਜੀਵ ਹਰ ਰੋਜ਼ ਖਤੇ ਕਮਾਮਦਾ ਹੈ ਤੇ ਉਹ ਅਰਦਾਸ ਕਰਦਾ ਹੈ ਕਿ हे ਪ੍ਰਮਾਤਮਾ ਮੈਨੂੰ ਬਖਸ਼ ਲੈ ਮੈਂ ਪਾਪੀ ਹਾਂ ਵਿਆਖਿਆ ਬੱਚੋ ਇਸ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਨੇ ਪ੍ਰਮਾਤਮਾ ਪਾਸੋਂ ਬਖਸ਼ਿਸ਼ ਦੀ ਮੰਗ ਕੀਤੀ ਹੈ ਉਹ ਕਹਿੰਦੇ ਹਨ ਕਿ ਅਸੀਂ ਜੀਵ ਸੰਸਾਰ ਵਿੱਚ अनेका ਭੁੱਲਾਂ ਤੇ ਪਾਪ ਕਰਦੇ ਹਾਂ ਉਸ ਦੀਆਂ ਭੁੱਲਾਂ ਬੇਸ਼ੁਮਾਰ ਹਨ ਗੁਰੂ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਹਨ ਕਿ हे ਪ੍ਰਭੂ ਤੂੰ ਮਿਹਨਤ ਕਰਕੇ ਸਾਨੂੰ ਜੀਵਾਂ ਨੂੰ ਬਖਸ਼ ਲੈ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਸਾਡੇ ਕਿਤੇ ਕਰਮਾਂ ਦੇ ਲੇਖੇ ਰਾਹੀਂ ਤਾਂ ਕਦੇ ਸਾਡੀ ਬਖਸ਼ਿਸ਼ ਦੀ ਵਾਰੀ ਨਹੀਂ ਆ ਸਕਦੀ ਸਲੀਖੇ ਪ੍ਰਭੂ ਤੂੰ ਸਾਡੀਆਂ ਭੁੱਲਾਂ ਤੇ ਔਗਣਾਂ ਨੂੰ ਬਖਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਦੀ ਕਿਰਪਾ ਕਰ ਜਿਸ ਕਿਸੇ ਮਨੁੱਖ ਉਤੇ ਗੁਰੂ ਪ੍ਰਸੰਨ ਹੁੰਦਾ ਹੈ ਉਸ ਨੂੰ ਪ੍ਰਭੂ ਮਿਲਾਉਂਦਾ ਹੈ ਅਤੇ ਉਸ ਦੇ ਵਿਕਾਰ ਕੱਟ ਕੇ ਉਸ ਨੂੰ ਨਾਮ ਸਿਮਰਨ ਦੇ ਦਾਤ ਦਿੰਦਾ ਹੈ ਸੋ ਵਾਕੀ ਬੱਚੋ ਪਰਮਾਤਮਾ ਦੇ ਦੇਣ ਆਪਾਂ ਕਦੀ ਨਹੀਂ ਦੇ ਸਕਦੇ ਕਿੰਨਾ ਕੁਝ ਪਰਮਾਤਮਾ ਵੱਲੋਂ ਆਪਾਂ ਨੂੰ ਮਿਲਿਆ ਹੈ ਪਰ ਆਪਾਂ ਅਕਿਰਤ ਕਾਣੇ ਬੱਚਿਓ ਇਸ ਕਰਕੇ ਆਪਾਂ ਕਿਰਤ ਕਾਣ ਨਹੀਂ ਬਣਨਾ ਸੋ ਕੇਂਦਰੀ ਭਾਗ ਕੀ ਹੈ ਬੱਚਿਓ ਇਸ ਦਾ ਇਹ ਜੀ ਬਹੁਤ ਭੂਲਾ ਪਾਪਾਂ ਤੇ ਗੁਨਾਹਾਂ ਦਾ ਭਾਗੀ ਹੈ ਕੇਵਲ ਜਿਨ੍ਹਾਂ ਜੀਵਾਂ ਤੇ ਪ੍ਰਭੂ ਆਪਣੀ ਮੇਰ ਕਰੇ ਉਹਨਾਂ ਨੂੰ ਬਖਸ਼ ਸਕਦਾ ਹੈ ਜਿਹੜੇ ਮਨੁੱਖ ਉਸ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਪਾਪਾਂ ਤੇ ਗੁਨਾਹਾਂ ਨੂੰ ਦੂਰ ਕਰਨ ਵਾਲੀ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਤੇ ਉਹਨਾਂ ਦੇ ਪਾਪ ਤੇ ਗੁਨਾਹ ਬਖਸ਼ੇ ਜਾਂਦੇ ਹਨ। ਪ੍ਰਸ਼ਨ ਉੱਤਰ ਬੱਚਿਓ ਕਿਰਪਾ ਕਰਕੇ ਬਖਸ਼ ਲੈ ਸ਼ਬਦ ਕਿਸ ਦੀ ਰਚਨਾ ਹੈ? ਸ੍ਰੀ ਗੁਰੂ ਅਮਰਦਾਸ ਜੀ ਦੀ। ਜੀਵ ਆਪਣੇ ਜੀਵਨ ਵਿੱਚ ਕਿੰਨੇ ਗੁਨਾਹ ਕਰਦਾ ਹੈ? ਬੇਸ਼ੁਮਾਰ। ਇੰਨਾ ਬੇਸ਼ੁਮਾਰ ਗੁਨਾਹਾਂ ਨੂੰ ਬਖਸ਼ ਲੈਣ ਦਾ ਕੌਣ ਸਮਰੱਥਾ ਰੱਖਦਾ ਹੈ? ਪ੍ਰਭੂ। ਪ੍ਰਭੂ ਦਾ ਨਾਮ ਧਿਆਉਣ ਵਾਲੇ ਨੂੰ ਲੋਕਾਂ ਨੂੰ ਪਰਲੋਕ ਵਿੱਚ ਕੀ ਮਿਲਦਾ ਹੈ? ਇੱਜ਼ਤ ਤੇ ਸਤਿਕਾਰ। ਗੁਨਾਹ ਤੇ ਪੁੱਲਾ ਕੌਣ ਕਰਦਾ ਰਹਿੰਦਾ ਹੈ ਮਨੁੱਖ ਠੀਕ ਹੈ ਬੱਚੋ ਤੇ ਮੈਨੂੰ ਉਮੀਦ ਹੈ ਕਿ ਸਾਰੀ ਬਾਣੀ ਤੁਸੀਂ ਚੰਗੀ ਤਰ੍ਹਾਂ ਸੁਣੀ ਹੋਏਗੀ ਉਸ ਤੋਂ ਰਸ ਪ੍ਰਾਪਤ ਕਰਿਆ ਹੋਏਗਾ ਤੇ ਵਿਆਖਿਆ ਸਮਝ ਆਈ ਹੋਵੇਗੀ ਬੱਚਿਓ ਉਚਾਰਨ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਤੇ ਉਸ ਲਈ ਮੈਂ ਮਾਫੀ ਮੰਗਦੀ ਹਾਂ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬੱਚਿਓ